class 6 computer chapter 3 charts in ms powerpoint 2013 part 2 inserting a chart to insert a chart in a slide follow the given blow slide de vich chart nu insert karn vasse sade kole kuch step ha first in the insert tab kand in insert tab de vich jana click on the chart button click karna se chart button de vich illustration group de vich ਸੈਕੰਡ ਅਨ ਇਨਸਰਟ ਚਾਰਟ ਡਾਇਲੌਗ ਬਾਕਸ ਵਿਲ ਅਪੀਅਰ ਕਹਿੰਦੇ ਕਿ ਸਾਡੇ ਕੋਲ ਕੀ ਹੈ ਇੱਕ ਡਾਇਲੌਗ ਬਾਕਸ ਖੁੱਲ ਜਾਂਦਾ ਆ ਸਿਲੈਕਟ ਅ ਕੈਟਾਗਰੀ ਆਫ ਚਾਰਟ ਫਰੋਮ ਦੀ ਲੈਫਟ ਪੇਨ ਕਹਿੰਦੇ ਕਿ ਇੱਕ ਚਾਰਟ ਦੀ ਕੈਟਾਗਰੀ ਨੂੰ ਸਿੱਗੀ ਕਰਨਾ ਉਹਦੇ ਵਿੱਚੋਂ ਸਿਲੈਕਟ ਕਰ ਲੈਣਾ ਸਿਲੈਕਟ ਦੀ ਡਿਜ਼ਾਇਰ ਚਾਰਟ ਐਂਡ ਕਲਿਕ ਓਕੇ ਜਦੋਂ ਅਸੀਂ ਚਾਰਟ ਨੂੰ ਸਿਲੈਕਟ ਕਰ ਲਿਆ ਫਿਰ ਅਸੀਂ ਕਾਦੇ ਤੇ ਕਲਿਕ ਕਰਨਾ ਓਕੇ ਬਟਨ ਤੇ ਫੋਰਥ ਇਹ ਚਾਰਟ ਐਂਡ ਐਨ ਐਕਸਲ ਸਪਰੈਡਸ਼ੀਟ ਵਿਲ ਅਪੀਅਰ ਕਹਿੰਦੇ ਕਿ ਸਾਡੇ ਕੋਲ ਐਕਸਲ ਸਪਰੈਡਸ਼ੀਟ ਜਿਹੜੀ ਆ ਖੁੱਲ ਜਾਂਦੀ ਆ ਫਿਫਥ ਐਂਟਰ ਡਾਟਾ ਇੰਟੂ ਵਰਕਸ਼ੀਟ ਫਿਰ ਕੀਆ ਸੀ ਡਾਟਾ ਨੂੰ ਐਂਟਰ ਕਰਨਾ ਵਰਕਸ਼ੀਟ ਦੇ ਵਿੱਚ ਇਫ ਨੈਸੈਸਰੀ ਯੂ ਕੈਨ ਕਲਿਕ ਐਂਡ ਡ੍ਰੈਗ ਲੋਅਰ ਰਾਈਟ ਕੋਰਨਰ ਆਫ தி ਬਲੂ ਲਾਈਨ ਇਟ ਇਨਕਰੀਸਸ অর ਡਿਕਰੀਸਸ ਦਾ ਡਾਟਾ ਰੇਂਜ ਆਫ ਰੂ ਐਂਡ ਕਾਲਮਸ ਕੀ ਕਹਿੰਦੇ ਹੈ ਕਿ ਜਿਹੜੀ ਬਲੂ ਲਾਈਨ ਕੋਰਨਰ ਤੇ ਹੁੰਦੀ ਆ ਉਹ ਉਹ ਡਾਟਾ ਰੇਂਜ ਨੂੰ ਰੋ ਤੇ ਕਾਲਮਸ ਦੇ ਲਈ ਕੀਆ ਜਾਂ ਤਾਂ ਵਧ ਕਰਦੀ ਹੈ ਜਾਂ ਘਟਾ ਦਿੰਦੀ ਹੈ ਡਿਕਰੀਜ਼ ਔਰ ਇਨਕਰੀਜ਼ ਕਰਦੀ ਆ ਕਲਿਕ ਕਲੋਜ਼ ਬਟਨ ਟੂ ਕਲੋਜ਼ ਦਾ ਸਪਰੈਡਸ਼ੀਟ ਕਹਿੰਦੇ ਕਿ ਜਦੋਂ ਤੁਸੀਂ ਕਲੋਜ਼ ਕਰਨੀ ਹੈ ਸਪਰੈਡਸ਼ੀਟ ਨੂੰ ਕਲੋਜ਼ ਬਟਨ ਤੇ ਕੀ ਕਰਨਾ ਕਲਿਕ ਦਾ ਚਾਰਟ ਵਿਲ ਅਪੀਅਰ ਔਨ ði ਸਲਾਈਡ ਕਹਿੰਦੇ ਤੁਹਾਡੀ ਸਲਾਈਡ ਦੇ ਉੱਤੇ ਜਿਹੜਾ ਚਾਰਟ ਆ ਉਹ ਵਿਲ ਅਪੀਅਰ ਹੋ ਜਾਏਗਾ ਦਿਖੇਗਾ ਨੈਕਸਟ ਐਡਿਟਿੰਗ ਡਾਟਾ ਇਨ ਚਾਰਟ ਸਿਲੈਕਟ ਅ ਚਾਰਟ ਬਾਈ ਕਲਿਕਿੰਗ ਔਨ ਇਟ second under the design tab click on the edit data command in the data group make the desired changes in data the change will be reflected in the chart ਕਹਿੰਦੇ ਸਿਲੈਕਟ ਕਰਨਾ ਇੱਕ ਚਾਰਟ ਨੂੰ ਫਿਰ ਉੱਤੇ ਕਲਿੱਕ ਕਰਨਾ ਨੈਕਸਟ ਅਸੀਂ ਡਿਜ਼ਾਈਨ ਟੈਬ ਤੇ ਜਾਣਾ ਕਲਿੱਕ ਕਰਨਾ ਐਡਿਟ ਡਾਟਾ ਕਮਾਂਡ ਜਿਹੜਾ ਕਿ ਡਾਟਾ ਗਰੁੱਪ ਦੇ ਵਿੱਚ ਆ ਮੇਕ ਦਾ ਡਿਜ਼ਾਇਰਡ ਚੇਂਜ ਇਨ ਦੀ ਡਾਟਾ ਕਹਿੰਦੇ ਤੁਹਾਡੇ ਜਿਹੜਾ ਡਾਟਾ ਦੇ ਵਿੱਚ ਚੇਂਜ ਆ ਜਾਏਗਾ ਔਰ ਰਿਫਲੈਕਟਡ ਇਨ ਦੀ ਚਾਰਟ ਉਹ ਤੁਹਾਨੂੰ ਕੀ ਰਿਫਲੈਕਟ ਕਰੇਗਾ ਚਾਰਟ ਦੇ ਵਿੱਚ formatting a chart to change the chart type you can follow steps given below kende select karna sab to pehla ke chart nu jo want to change jede vich tusi change chahunde ho da design tab will appear on the ribbon kende ki tode ko design tab jeha de ribbon de vich appear ho jega click on the change chart type command under the design tab kende ki click karna va change chart type command te jehdi de design tab de vich aa ਨੈਕਸਟ ਦਾ ਚੇਂਜ ਚਾਰਟ ਟਾਈਪ ਡਾਇਲੌਗ ਬਾਕਸ ਵਿਲ ਅਪੀਅਰ ਕਹਿੰਦੇ ਕਿ ਜਦੋਂ ਸਾਡੇ ਕੋਲ ਡਾਇਲੌਗ ਬਾਕਸ ਖੁੱਲ ਜਾਏਗਾ ਕਲਿੱਕ ਕਰਨਾ ਓਕੇ ਦਨ ਨਿਊ ਚਾਰਟ ਟਾਈਪ ਵਿਲ ਅਪੀਅਰ ਕੀ ਆ ਫਿਰ ਤੁਹਾਡੇ ਕੋਲ ਨਿਊ ਚਾਰਟ